ਬ੍ਰੈਡ ਔਰ ਪੀਵਾਂ ਹੁਣ ਅਤੇ ਬ੍ਰੈਡ ਅਤੇ ਨਾਲ ਸੈਲਡ ਸੈਲਡ ਚਿਕਨ You have sauce? 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 Tomato sauce? Yeah. Please. Thank you. ਮੈਂ ਦੂਸਰੀ ਸਾਈਡ ਚੱਲਾ ਗਿਆ, ਇੱਥੇ ਕਾਫੀ ਡੀਪ ਸੀਗਾ।
ਸਵਿਮਿੰਗ ਕੀਤੀ ਨੂੰ ਬਹੁਤ ਟਾਈਮ ਹੋ ਗਿਆ। ਮੈਨੂੰ ਬੰਦੇ ਨੇ ਦੱਸਿਆ, ਕਹਿੰਦੇ ਮੀਂਹ ਰੋਜ਼ ਪੈਂਦਾ ਇੱਥੇ 3-4 ਵਜੇ ਤੋਂ ਬਾਅਦ। ਐਵੇਂ ਆਪਣੇ ਪੈਸੇ ਪੂਰੇ ਹੋ ਗਏ ਬਾਬੇ, ਸਵਾਦ ਬੜਾ ਹੋਣ ਡਿਆ। ਇੰਨੇ ਪੈਸੇ ਅੱਜ ਬਾਕੀ ਹੋਸਟਲਾਂ 'ਚ ਵੀ ਰੁਕਿਆ ਸੀਗਾ, ਪਰ ਇਹ ਜ਼ਿਆਦਾ ਮਤਲਬ ਜ਼ਿਆਦਾ ਸਹੀ ਰਹਿ ਗਿਆ। ਅਤੇ 1500 ਇੱਕ ਦਿਨ ਦਾ, 1500 ਪਰ ਨਾਈਟ, ਅਤੇ ਇਹ ਆਉਣ ਵਾਲਾ ਹੀ ਆ। ਚਾਰ ਵਜੇ ਤੋਂ ਬਾਅਦ ਇੱਥੇ ਕੰਮ ਮੇਰੇ ਹਿਸਾਬ ਨਾਲ ਨਹੀਂ ਹੁੰਦਾ, ਕਿਉਂਕਿ ਮੀਂਹ ਪੈਣ ਲੱਗ ਪੈਂਦਾ ਜੋ ਕੰਮ ਕਰਨਾ ਪਹਿਲਾਂ। ਸਵਿਮਿੰਗ ਕੀਤੀ ਨੂੰ ਬਹੁਤ ਟਾਈਮ ਹੋ ਗਿਆ। ਮੈਂ ਚਲੀਏ
ਮੀਂਹ ਦੇ ਵਿੱਚ ਜ਼ਿਆਦਾਤਰ ਅਵੋਇਡ ਕਰਦੇ ਨੇ, ਸਵੀਮਿੰਗ ਕਰਨਾ ਸਹੀ ਨਹੀਂ। ਸਿੰਘ ਰਾਜਾ ਦੇ ਵਿੱਚ ਆਲਮੋਸਟ ਆਪਣਾ ਜਿਹੜਾ ਹੈਗਾ, ਮੈਂ ਦੋ ਰਾਤਾਂ ਬਿਤਾਈਆਂ ਅਤੇ ਲੋਕੇਸ਼ਨ ਦੇ ਹਿਸਾਬ ਨਾਲ ਬਹੁਤ ਵਧੀਆ ਲੋਕੇਸ਼ਨ ਆ, ਕਿਉਂਕਿ ਜਿਹੜਾ ਜਿਹੜੀ ਲੋਕੇਸ਼ਨ ਹੈਗੀ ਹੈ ਬਹੁਤ ਵਧੀਆ ਜਗ੍ਹਾ ਰਿਹਾ। ਮਤਲਬ ਜੇ ਕਿਸੇ ਨੂੰ ਮਾਊਂਟੇਨ ਵਗੈਰਾ ਇੱਦਾਂ ਦੀ ਚੀਜ਼ਾਂ ਪਸੰਦ ਆ, ਉਹਦੇ ਲਈ ਪਰਫੈਕਟ ਜਗ੍ਹਾ, ਅਤੇ ਮੇਰੇ ਲਈ ਤਾਂ ਬਹੁਤ ਵਧੀਆ ਹੈ। ਦੋ ਦਿਨ ਮੈਂ ਇੱਥੇ ਰਿਲੈਕਸ ਕੀਤਾ, ਫੂਡ ਵਧੀਆ ਸੀ, ਥੋੜ੍ਹਾ ਮਹਿੰਗਾ ਸੀ ਪਰ ਇੰਡੀਆ ਦੇ ਹਿਸਾਬ ਦੇ ਨਾਲ ਬਿਲਕੁਲ ਸਹੀ ਸੀਗਾ। ਅਤੇ ਪਲੇਸ ਬਹੁਤ ਵਧੀਆ ਜਗ੍ਹਾ, ਸਾਰੇ ਇੱਦੀ ਜਿੱਦਾਂ ਮਤਲਬ ਕਹਿ ਰਹੇ ਆ, ਅਤੇ ਬਾਕੀ ਸਹੀ ਰਿਹਾ ਮੇਰੇ ਲਈ। ਤਕਰੀਬਨ ਬਹੁਤ ਘੱਟ ਪੈਸੇ, ਮਤਲਬ ਠੀਕ ਹੈ, 1500 ਰੁਪਏ ਉਹਦੇ ਵਿੱਚ ਬ੍ਰੇਕਫਾਸਟ ਵੀ ਹੁੰਦਾ ਹੈ ਨਾ, ਕਈ ਕੁਛ ਹੁੰਦਾ, ਉਸ ਹਿਸਾਬ ਨਾਲ ਬਿਲਕੁਲ ਸਹੀ ਆ। ਅਤੇ ਠੀਕ ਆ, ਹੁਣ ਮੈਂ ਚੱਲਦਾ ਅਤੇ ਰਾਤ ਨੂੰ ਡਿਨਰ ਕਰੂੰਗਾ, ਸਵੇਰੇ ਜਾਊਂਗਾ ਮੇ ਵੀ ਅੰਦਰ ਫੋਰੈਸਟ ਦੇ ਅੰਦਰ ਜਾਊਂਗਾ, ਅਤੇ ਬਾਕੀ ਦੇਖੀਏ ਕੀ ਹੁੰਦਾ ਹੈ ਨਾ, ਇਹ ਵੀ ਚੈੱਕ।